ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਦਾ ਬਹੁਤ-ਬਹੁਤ ਵੈਲਕਮ ਹੈ ਜੀ ਕੇ ਮਿੰਸਟੀਟਿਊਟ ਦੇ YouTube ਚੈਨਲ ਤੇ ਮੇਰਾ ਨਾਮ ਹੈ ਜਸਪ੍ਰੀਤ ਤੇ ਅਸੀਂ ਕਰ ਰਹੇ ਹਾਂ ਪੰਜਾਬੀ ਦੀ ਲੈਕਚਰ ਲੜੀ ਅੱਜ ਦੀ ਵੀਡੀਓ ਵਿੱਚ ਕਲਾਸ 12th ਦੀ ਅਸੀਂ ਜਿਹੜੀ ਦੂਜੀ ਪੋਇਮ ਹੈ ਉਸ ਬਾਰੇ ਡਿਸਕਸ਼ਨ ਕਰਾਂਗੇ ਆਈ نو ਵੀਡੀਓਜ਼ ਰੈਗੂਲਰਲੀ ਨਹੀਂ ਹੋ ਪਾਰੀਆਂ ਨੇ ਬਟ ਭਰਪੂਰ ਕੋਸ਼ਿਸ਼ ਹੈ ਮੇਰੀ ਬਟ ਜੇਕਰ ਤੁਹਾਨੂੰ ਕਿਸੇ ਵੀ ਚੀਜ਼ ਵਿੱਚ ਜੇਕਰ ਦਿੱਕਤ ਆਂਦੀ ਹੈ ਅਮ ਫੋਰ ਇਗਜ਼ਾਮਪਲ ਤੁਸੀਂ ਆਪਣੇ ਪੇਪਰ ਲਈ ਯੂਨੋ ਤਿਆਰੀ ਕਰ ਰਹੇ ਹੋ ਤੇ ਤੁਹਾਨੂੰ ਪ੍ਰੋਬਲਮ ਆਂਦੀ ਹੈ ਤੇ ਉਹ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਡ੍ਰੌਪ ਕਰ ਸਕਦੇ ਹੋ ਮੈਂ ਡੈਫੀਨੇਟਲੀ ਉਸ ਤੇ ਵੀਡੀਓ ਜਾਂ ਕਮੈਂਟ ਸੈਕਸ਼ਨ ਵਿੱਚ ਹੀ ਤੁਹਾਡੀ ਜਿਹੜੀ ਕੁਆਰੀ ਹੈ ਉਸ ਨੂੰ ਜਰੂਰ 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 ਦੂਰ ਕਰਾਂਗੀ ਠੀਕ ਹੈ ਤੇ ਅੱਜ ਅਸੀਂ ਦੂਸਰੀ ਵੀਡੀਓ ਕਰਾਂਗੇ ਅ ਦੂਸਰੀ ਕਵਿਤਾ ਕਰਾਂਗੇ ਜਿਸ ਦਾ ਨਾਮ ਹੈ ਅ ਤਾਜ ਮਹਿਲ ਅਤੇ ਇਹ ਪ੍ਰੋਫੈਸਰ ਮੋਹਨ ਸਿੰਘ ਨੇ ਲਿਖੀ ਹੈ ਨਾਲੇ ਇੰਟਰਸਟਿੰਗ ਗੱਲ ਇੱਕ ਇਹ ਹੈ ਕਿ ਜਦ ਮੈਂ 12th ਦੀ ਪੰਜਾਬੀ ਕੀਤੀ ਸੀ ਤਾਂ ਵੀ ਇਹ ਕਵਿਤਾ ਸਿਲੇਬਸ ਵਿੱਚ ਸੀ ਤੇ ਹੁਣ ਇੰਨੇ ਸਾਲਾਂ ਬਾਅਦ ਵੀ ਇਹ ਕਵਿਤਾ ਸਿਲੇਬਸ ਵਿੱਚ ਹੈ ਤੇ ਆਪਣਾ ਟਾਈਮ ਯਾਦ ਆ ਰਿਹਾ ਤੇ ਪੜਨਾ ਸ਼ੁਰੂ ਕਰਦੇ ਆ ਅਮ ਚੈੱਕ ਕਰ ਤੁਹਾਡੇ ਕੋਲ ਪ੍ਰਭਾਤ ਰਿਫਰੈਸ਼ਰ ਕੋਰਸ ਨਹੀਂ ਹੈ ਤੇ ਮੈਂ ਸੁਜੈਸਟ ਕਰਾਂਗੀ ਲੈ ਲੋ ਕਾਫੀ ਹੈਲਪ ਹੋ ਜਾਏਗੀ non sponsored اچھی ਹੈਗੀ ਹੈ اور ਜੇਕਰ ਨਹੀਂ ਹੈ ਤਾਂ ਵੀ ਇਹ ਵੀਡੀਓ ਦੇਖ ਕੇ ਤੁਹਾਨੂੰ ਸਮਝ ਆ ਜਾਏਗਾ ਠੀਕ ਹੈ ਤੇ ਗੱਲ ਕਰਦੇ ਹਾਂ ਤਾਜ ਮਹਿਲ ਦੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਯੂ نو ਤਾਜ ਮਹਿਲ ਕਿੰਨੀ ਸੋਹਣੀ ਚੀਜ਼ ਹੈ ਔਰ ਕਿੰਨੀ ਸੋਹਣੀ ਇਮਾਰਤ ਹੈ ਤੇ ਪਿਆਰ ਦਾ ਪ੍ਰਤੀਕ ਹੈ ਸਭ ਕੁਝ ਹੈ ਬਟ ਹਰ ਇੱਕ ਚੀਜ਼ ਨੂੰ ਦੇਖਣ ਦੇ ਦੋ ਪਹਿਲੂ ਹੁੰਦੇ ਨੇ ਜਿਵੇਂ ਸਿੱਕੇ ਦੇ ਦੋ ਪਹਿਲੂ ਨੇ ਉਵੇਂ ਹੀ ਰਾਈਟਰ ਦੇ ਹਿਸਾਬ ਨਾਲ ਤਾਜ ਮਹਿਲ ਦੇ ਵੀ ਦੋ ਪਹਿਲੂ ਨੇ ਇਕ ਬੜਾ ਹੀ ਇੰਟਰਸਟਿੰਗ ਫੈਕਟ ਤਾਜਮਹਿਲ ਨਾਲ ਜੁੜਿਆ ਹੋਇਆ ਹੈ ਕਿ ਜਿੰਨਾ ਕਾਰੀਗਰਾਂ ਨੇ ਜਿੰਨਾ ਮਜ਼ਦੂਰਾ ਨੇ ਤਾਜਮਹਿਲ ਬਣਾਇਆ ਸੀ ਤੇ ਸ਼ਾਹਜਹਾਨ ਨੇ ਜਿਹੜਾ ਉਹਨਾਂ ਦੇ ਹੱਥ ਘਟਵਾਤੇ ਸੀ ਸੋ ਥੈਟ ਉਹ ਤਾਜਮਹਿਲ ਵਰਗੀ ਇੱਕ ਹੋਰ ਇਮਾਰਤ ਦਾ ਨਿਰਮਾਣ ਜਿਹੜਾ ਉਹ ਨਾ ਕਰ ਸਕਣ ਕੈਨੋ ਐਗਲ ਸ਼ਾਹਜਹਾਨ ਦੀ ਆਈਡੀਓਲੋਜੀ ਸੀ ਹੁਣ ਐਕਚੁਅਲ 'ਚ ਇਹ ਗੱਲ ਹੋਈ ਸੀ ਜਾਂ ਨਹੀਂ ਹੋਈ ਸੀ ਕੁਝ ਲੋਕ ਕਹਿੰਦੇ ਨੇ ਇਹ ਗੱਲ ਸੱਚ ਹੈ ਕੁਝ ਲੋਕ ਕਹਿੰਦੇ ਇਹ ਗੱਲ ਸੱਚ ਨਹੀਂ ਹੈ ਖੇਰ ਇਤਿਹਾਸ ਦੇ ਪੰਨੇ ਨੇ ਅਸੀਂ ਉਸ ਨੂੰ ਨਹੀਂ ਛਿੜਾਂਗੇ ਬਟ ਰਾਈਟਰ ਇਹ ਕਹਿੰਦਾ ਹੈ ਕਿ ਹਰ ਕੋਈ ਤਾਜ ਮਹਿਲ ਦੀ ਖੂਬਸੂਰਤੀ ਬਾਰੇ ਗੱਲ ਕਰਦਾ ਹੈ ਬਟ ਉਹਦੇ ਪਿੱਛੇ ਜਿਹੜਾ ਸਟਰਗਲ ਹੈ ਉਸ ਦੇ ਬਾਰੇ ਕੋਈ ਨਹੀਂ ਗੱਲ ਕਰਦਾ ਇੱਕ ਹੋਰ ਇਤਿਹਾਸਿਕ ਫੈਕਟ ਹੈ ਕਿ ਸ਼ਾਹਜਹਾਨ ਨੇ ਜਿਹੜਾ ਤਾਜ ਮਹਿਲ ਜਿਹੜਾ ਹੈ ਆਪਣੀ 14th ਵਾਈਫ ਵਾਸਤੇ ਬਣਵਾਇਆ ਸੀ ਯੈਸ 14th ਵਾਈਫ ਜੋ ਥੋੜੀ ਨੰਬਰਿੰਗ ਅੱਪਰ ਡਾਊਨ ਹੋ ਸਕਦੀ ਹੈ ਮੇਰੇ ਖਿਆਲ ਨਾਲ 14th వైਫ ਹੀ ਸੀ ਤੇ ਉਹ ਆਪਣੀ 9th ਡਿਲੀਵਰੀ ਦੇ ਟਾਈਮ ਤੇ ਉਹਦੀ ਡੈਥ ਹੋ ਗਈ ਸੀ ਯਾਨੀ ਨੌਵੇਂ ਬੱਚੇ ਦੀ ਉਹ ਮਾਂ ਬਣਨ ਵਾਲੀ ਸੀ ਅਤੇ ਜਦ ਉਹਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਸ਼ਾਹਜਹਾਨ ਨੇ ਉਦੀ ਹੀ ਸਕੀ ਪੈਨ ਨਾਲ ਵਿਆਹ ਕਰ ਲਿਆ ਸੀ ਇਹ ਇੱਕ ਫੈਕਟ ਹੈ ਹੁਣ ਤੁਸੀਂ ਤਾਜ ਮਹਿਲ ਨੂੰ ਪਿਆਰ ਦੇ ਪ੍ਰਤੀਕਾਈ ਨਾ ਨਹੀਂ ਦੇਖੋਗੇ ਇਹ ਸਾਰੇ ਫੈਕਟਸ ਸੁਣਨ ਤੋਂ ਬਾਅਦ ਖੈਰ ਪੜਨਾ ਸ਼ੁਰੂ ਕਰਦੇ ਹਾਂ ਤੇ ਰਾਈਟਰ ਇਹ ਕਹਿੰਦਾ ਕਿ ਤਾਜ ਮਹਿਲ ਪੀ ਜੇ ਦਾ ਪਿੱਛੇ ਦਾ ਜਿਹੜਾ ਸਟਰਗਲ ਹੈ ਉਸ ਦੇ ਬਾਰੇ ਕੋਈ ਵੀ ਰਾਈਟਰ ਨਹੀਂ ਲਿਖਦਾ ਤੇ ਉਹ ਹੀ ਐ ਲਿਖੇਗਾ ਆ ਆਧੁਨਿਕ ਪੰਜਾਬੀ ਕਵਿਤਾ ਦੇ ਨਵੀਂ ਦਿਸ਼ਾ ਦੇਣ ਵਾਲੇ ਪ੍ਰੋਫੈਸਰ ਮੂ ਅਹਨ ਸਿੰਘ ਦਾ ਜਨਮ 20 ਅਕਤੂਬਰ 20 ਅਕਤੂਬਰ ਨੂੰ ਮੇਰਾ ਜਨਮ ਦਿਨ ਵੀ ਆਉਂਦਾ ਇਹਨਾਂ ਦਾ ਵੀ ਆਉਂਦਾ ਹੈ ਕੀ ਆਈ ਬਾਤਾਂ ਨੇ ਅੱਜ ਹੀ ਪਤਾ ਚੱਲਿਆ ਮੈਨੂੰ 1905 ਈਸਵੀ ਵਿੱਚ ਹੋਇਆ ਅਤੇ ਇਹਨਾਂ ਦੀਆਂ ਕੁਝ ਪ੍ਰਸਿੱਧ ਕਹਾਣੀਆਂ ਨੇ ਸਾਵੇ ਪੱਤਰ ਔਰ ਕੱਚਾ ਸੱਚ ਵੱਡਾ ਵੇਲਾ ਆਵਾਜ਼ਾਂ ਸੈਕਟਰ ਸੈਕਟਰ ਤੇ ਹੁਣ ਇਹਨਾਂ ਦੀ ਕਵਿਤਾ তাজਮਹਿਲ ਪੜਦੇ ਹਾਂ ਦੁੱਧ ਚਿੱਟੀਆਂ ਰੰਗਦਾਰ ਮਰਮਰਾਂ ਦੇ ਗੱਲਾਂ ਕਤਕੇ ਬਾਹੀ ਸੋਹਣ ਪਤਲੀਆਂ ਚੰਦੀਆਂ ਰਿਸਮਾਂ ਸੁੱਤੀਆਂ ਬੇਪਰਵਾਹੀ ਮੇੜਛਾ ਬੂਟੀਆਂ ਦੇ ਪਰਛਾਵੇਂ ਨਸ਼ੀਆਂ ਨਾਲੋ ਗੁਦੇੜੇ ਕਾ ਦੇ ਸੂਲੇ ਸੀਨੀਆਂ ਉੱਤੇ ਸਵਾਦ ਸਵਾਦ ਹੋ ਉਗੇ ਕੁਛ ਨਹੀਂ ਸਮਝ ਆਇਆ ਹੋਏਗਾ ਉਮ ਐਜ਼ ਅ ਸਟੂਡੈਂਟ ਪੁਆਇੰਟ ਨੋ ਵਿਊ ਨਾਲ ਗੱਲ ਕਰ ਰਹੀਆਂ ਠੀਕ ਹੈ ਅਮ ਇਹਦੀ ਜਿਹੜੀ ਹੈ ਐਕਸਪਲੇਨੇਸ਼ਨ پڑھਦੇ ਹਾਂ ਫਰਸਟ ਪੈਰਾਗ੍ਰਾਫ ਦੀ ਕਵਿਤਾ ਦੀਆਂ ਇਹਨਾਂ ਕਾਫ 17 ਵਿੱਚ ਕਵੀ তাজ ਮਹਿਲ ਦੀ ਰੋਮਾਂਸੀ ਸੁੰਦਰਤਾ ਦਾ ਜ਼ਿਕਰ ਕਰਦਾ ਹੈ ਯਾਨੀ ਫਰਸਟ ਪੈਰਾਗ੍ਰਾਫ ਵਿੱਚ ਉਦੀਕ তাজਮਹਿਲ ਦੀ ਜਿਹੜੀ ਸੁੰਦਰਤਾ ਹੈ ਉਸ ਨੂੰ ਦਰਸਾਇਆ ਜਾ ਰਿਹਾ ਹੈ ਕਵੀ ਲਿਖਦਾ ਹੈ ਕਿ ਚੰਨੀ ਰਾਤ ਵਿੱਚ ਤਾਜ ਮਹਿਲ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਦੁੱਧ ਚਿੱਟੀਆਂ ਤਾਰੀਦਾਰ ਸੰਗ ਮਰਮਰ ਦੀਆਂ ਸੱਲਾ ਤੇ ਗਲ ਬਾਵਾ ਪਾ ਕੇ ਚੰਦ ਸੋਨੇ ਤੇ ਪਤਲੀਆਂ ਰਿਸ਼ਮਾ ਬੇਪਰਵਾ ਹੋ ਕੇ ਸੁੱਤੀਆਂ ਹੋਈਆਂ ਹਨ ਇਹ ਰਾਈਟਰ ਦਾ ਕਹਿਣ ਦਾ ਤਰੀਕਾ ਹੈ ਕਿ ਰਾਤ ਦਾ ਟਾਈਮ ਹੈ ਤੇ ਜਿਹੜਾ ਚੰਨ ਹੈ ਉਹਦੀ ਰੋਸ਼ਨੀ ਉਸ ਤੇ ਪੈ ਰਹੀ ਹੈ ਤੇ ਕਹਿੰਦੇ ਨੇ ਤਾਜ ਮਹਿਲ ਰਾਤ ਨੂੰ ਬੜਾ ਸੋਹਣਾ ਲੱਗਦਾ ਮੈਂ ਤੇ ਨਹੀਂ ਜਾ ਕੇ ਵਿਟਨੈਸ ਕੀਤਾ ਐਕਚੁਅਲ ਰਿਅਲ ਵਿੱਚ ਪਰ ਜੇਕਰ ਤੁਸੀਂ ਦੇਖਿਆ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ ਤਾਜਮਹਿਲ ਕਿਵੇਂ ਦਾ ਲੱਗਦਾ ਹੈ ਰਿਅਲ ਵਿੱਚ ਫੋਟੋਜ਼ ਵਿੱਚ ਨਹੀਂ ਠੀਕ ਹੈ ਤੇ ਇਰ ਦੇ ਗਿਰਦੇ ਦੇ ਪੌਦਿਆਂ ਤੇ ਪਛਾਵੇਂ ਇੱਕ ਤਰ੍ਹਾਂ ਦੇ ਨਸ਼ਿਆਂ ਵਿੱਚ ਮਸਤ ਹਨ ਓਕਾ ਦੀ ਨਾਜ਼ੁਕ ਛਾਤੀ ਉੱਤੇ ਮਸਤ-ਮਸਤ ਹੋ ਕੇ ਉਗ ਰਹੇ ਹਨ ਯਾਨੀ ਆਸ-ਪਾਸ ਗ੍ਰੀਨਰੀ ਵੀ ਹੈ ਤੇ ਬੜਾ ਹੀ ਸੋਹਣਾ ਮਾਹੌਲ ਹੈ ਰਾਤ ਦਾ ਠੀਕ ਹੈ ਲਗ ਟਾਣਾਵਲ ਵੇਲਾ ਸੁਤੀਆਂ ਲਗ ਵੇਲਨਾ ਗਲ ਕਲੀਆਂ ਲਗ ਕਲੀਆਂ ਗਲ ਗੱਦਾਂ ਸੁਤੀਆਂ ਨੀਂਦ ਵੇਲਵੇ ਬਲੀਆਂ ਸ਼ਾਂਤ ਸੁੱਤਾ ਜਮਾਨਾ ਦੇ ਕੱਡੇ ਹਰੇ ਭਰੇ ਅਤੇ ਸਾਵੇ ਨੀਂਦ ਵਿਗੜੀ ਜਲ ਤਰਾ ਨੂੰ ਬੰਨੀ ਵਿੱਚ ਕਲਾਵੇ ਇਸ ਦੀ ਵਿਆਖਿਆ ਪੜਦੇ ਹਾਂ ਕਵੀ ਲਿਖਦਾ ਹੈ ਉਹ ਤਾਜ ਮਹਿਲ ਦੇ ਰੋਮਾਨੀ ਨਜ਼ਾਰੇ ਦਾ ਆਨੰਦ ਲੈ ਰਿਹਾ ਹੈ ਉੱਤੇ ਬੂਟੇ ਦੀਆਂ ਟਾਣੀਆਂ ਦੇ ਗਲ ਲੱਗ ਕੇ ਵੇਲਾ ਸੁਤੀਆਂ ਹੋਈਆਂ ਹਨੀਆਂ ਨਹੀਂ ਪੇੜ ਪੌਦੇ ਆਪਸ ਵਿੱਚ ਇੱਕ ਦੂਜੇ ਨੂੰ ਗਲੇ ਮਿਲ ਕੇ ਰੋਮਾਂਸ ਵਿੱਚ ਸੋ ਰਹੇ ਨੇ ਐ ਰਾਈਟਰ ਦੀ ਹੀ ਖੂਬਸੂਰਤੀ ਹੈ ਕਿ ਉਹ ਇੱਕ ਚੀਜ਼ ਨੂੰ ਦੇਖ ਕੇ ਆਪਣੀ ਕ੍ਰੀਏਟੀਵਿਟੀ ਅਤੇ ਇਮੇਜਿਨੇਸ਼ਨ ਨਾਲ ਕੀ ਕੀ ਪੇਪਰ ਤੇ ਉਤਾਰ ਸਕਦਾ ਕਿਉਂਕਿ ਅਸੀਂ ਜੇ ਤਾਜਮਹਿਲ ਨੂੰ ਦੇਖਾਂਗੇ ਅਸੀਂ ਪੋएट ਦੇ ਪੁਆਇੰਟ ਆਫ View ਨਾਲ ਨਹੀਂ ਦੇਖ ਸਕਦੇ ਕਿ ਭਈ ਪੇੜ ਪੌਦੇ ਆਪਸ ਵਿੱਚ ਜਫੀ ਭਾ ਕੇ ਸੋ ਰਹੇ ਨੇ ਰਾਤੀ ਅਕੋਰਡਿੰਗ ਟੂ ਰਾਈਟਰ ਠੀਕ ਹੈ ਨੀਂਦ ਦੇ ਵੇਲਿਆਂ ਵਿੱਚ ਬਲੀਆਂ ਹੋਈਆਂ ਖੁਸ਼ਬੂਆਂ ਕਲੀਆਂ ਦੇ گل ਲੱਗ ਕੇ ਸੁਤੀਆਂ ਹੋਈਆਂ ਹਨ ਜਮਨਾ ਦੇ ਹਰੇ ਪਰੇ ਤੇ ਬੋਤਹੀ ਸਾਵੇਂ ਕਿਨਾਰੇ ਸ਼ਾਂਤੀ ਵਿੱਚ ਸੁੱਤੇ ਪਏ ਹਨ ਯਾਨੀ ਜਮਨਾ ਨਦੀ ਜਿਹੜੀ ਇਹ ਕਹਿੰਦੇ ਨੇ ਉੱਥੇ ਬੈੰਦੀ ਹੈ ਤੇ ਉਹਦੇ ਕੰਡੇ ਸਭ ਕੁਝ ਜਿਹੜਾ ਬਹੁਤ ਸ਼ਾਂਤ ਔਰ ਸੁੰਦਰ ਹੈ ਹਾਂ ਉਹਦੀ ਰਿਫਲੈਕਸ਼ਨ ਵੀ ਪੈਂਦੀ ਹੈ ਮੇਰੇ ਖਿਆਲ ਨਾਲ ਉਹਨਾਂ ਦੇ ਨੀਂਦ ਵਿੱਚ ਗੁਆਚੇ ਪਾਣੀ ਦਾ ਤਾਰਾ ਨੂੰ ਆਪਣੇ ਕਲਵੇ ਵਿੱਚ ਕੁਟਿਆ ਹੋਇਆ ਹੈ ਯਾਨੀ ਰਾਤ ਦਾ ਟਾਈਮ ਹੈ ਰਿਫਲੈਕਸ਼ਨ ਪੈ ਰਹੀ ਹੈ ਪੇੜ ਪੌਦੇ ਸੋ ਰਹੇ ਨੇ ਇਨੰਗਲ ਕਹੀ ਜਾ ਰਹੀ ਹੈ ਸੁੱਤੇ ਪਾਣੀਆਂ ਵਿੱਚ ਸੁੱਤਾ ਤਾਜ ਮਹਿਲ ਦਾ ਸਾਇਆ ਜਾਣੋ ਜਮਾਨਾ ਹਰਨ ਵਾਸਤੇ ਬਿਕਲ ਵਿੱਚ ਲੁਕਾਇਆ ਅਪੈਰ ਦੂਰ ਸਾਗਰਾਵੰਨੀ ਨਸਨ ਜਦ ਉਹ ਲੱਗੀ ਨੀਂਦ ਟੁੱਟੀਆਂ ਦੇ ਜੰਤਰ ਵਿੱਚ ਟੋਹਰ ਉਸਨੇ ਉਸਦੀ ਬੋਝੀ ਇਸ ਵਿੱਚ ਰਾਈਟਰ ਕਹਿ ਰਿਹਾ ਕਵੀ ਇਸ ਕਾਫ ਟੋਟੇ ਵਿੱਚ ਲਿਖਦਾ ਹੈ ਕਿ ਉਹ ਤਾਜ ਮਹਿਲ ਦੀ ਰੋਮਾਨੀ ਦ੍ਰਿਸ਼ ਦਾ ਅਨੰਦ ਮਹਿਸੂਸ ਕਰ ਰਿਹਾ ਸੀ ਉਹ ਵੇਖ ਰਿਹਾ ਸੀ ਕਿ ਜਮਨਾ ਨਦੀ ਤੇ ਸੁੱਤੇ ਹੋਏ ਪਾਣੀ ਵਿੱਚ ਤਾਜ ਮਹਿਲ ਦਾ ਪਰਛਾਵਾਂ ਸੁੱਤਾ ਹੋਇਆ ਹੈ ਯਾਨੀ ਕਿ ਜਮਨਾ ਨਦੀ ਵਿੱਚ ਤਾਜ ਮਹਿਲ ਦਾ ਜਿਹੜਾ ਪਰਛਾਵਾਂ ਹੈ ਉਹ ਰਿਫਲੈਕਟ ਹੋ ਰਿਹਾ ਹੈ ਅਤੇ ਉਹ ਸੋਇਆ ਹੋਇਆ ਹੈ ਠੀਕ ਹੈ ਇਹ ਇਹ ਇਸ ਪ੍ਰਕਾਰ ਸੀ ਜਿਵੇਂ ਜਮਨਾ ਨਦੀ ਨੇ ਤਾਜ ਮਹਿਲ ਨੂੰ ਉਦਾਲਣ ਜਾਂ ਅਗਵਾ ਕਰਨ ਲਈ ਆਪਣੀ ਬੁੱਕਲ ਵਿੱਚ ਅੰਦਰ ਲੁਕਾਇਆ ਹੋਇਆ ਹੈ ਯਾਨੀ ਕਿ ਜਮਨਾ ਯਾਦੀ ਨੇ ਆਪਣੀ ਬੁੱਕਲ ਯਾਨੀ ਆਰਮਸ ਵਿੱਚ ਜਿਹੜਾ ਤਾਜ ਮਹਿਲ ਨੂੰ ਪਕੜ ਕੇ ਰੱਖਿਆ ਹੋਇਆ ਹੈ ਪਰ ਜਦ ਉਹ ਤਾਜ ਮਹਿਲ ਨੂੰ ਉਪਾਲ ਕੇ ਸਮੁੰਦਰ ਵੱਲ ਦੌੜਨ ਲੱਗੀ ਤਾਂ ਉਸ ਦੀ ਨਾਲ ਨੀਂਦ ਟੁੱਟੇ ਤੇ ਜੰਤਰ ਵਿੱਚ ਬੁਝ ਗਈ ਸੀ ਠੀਕ ਹੈ ਸੁੱਤੇ ਇਸ ਚੁੰਗਿਆ ਦੇ ਅੰਦਰ ਮੈਂ ਕੱਲਾ ਇੱਕ ਜਾਗਾ ਜਗ ਰਹੀਆਂ ਦੋ ਅੱਖਾਂ ਮੇਰੀਆਂ ਚੁੱਪਚੁਪ ਵਾਂਗ ਚਰਾਂਕਾ ਹਨੇ ਸਭ ਲੋਕ ਸੁੱਤੇ ਪੈਨੇ ਬਈ ਰਾਈਟਰ ਜਿਹੜਾ ਉਹ ਜਾਗ ਰਿਹਾ ਗੁਮਨ ਦੀਆਂ ਉਬਰਾ ਉੱਤੇ ਮਸਤੀਆਂ ਅਲਸਾਈਆਂ ਫਿਰ ਰਹੀਆਂ ਹਨ ਨਜ਼ਰਾ ਮੇਰੀਆਂ ਸਹਿਤ ਸਵਾਦ ਤਹਿਰਾਈਆਂ ਠੀਕ ਹੈ ਕਾਵਿਸ਼ਟੋਟੇ ਵਿੱਚ ਲਿਖਦਾ ਹੈ ਕਿ ਉਹ ਤਾਜਮਹਿਲ ਦੀ ਰੂਮਾਨੀ ਸੁੰਦਰਤਾ ਦਾ ਅਨੰਦ ਲੈ ਰਿਹਾ ਸੀ ਨੀਂਦ ਵਿੱਚ ਮਸਤ ਲੱਗ ਰੇ ਜੋ ਕਿਰਦਰ ਵਿੱਚ ਇੱਕ ਇਕੱਲਾ ਹੀ ਜਾਗ ਰਿਹਾ ਸੀ ਯਾਨੀ ਆਸ-ਪਾਸ ਸਭ ਕੁਝ ਜਿਹੜੇ ਨੇ ਉਹ ਸੋ ਰੇ ਸੀ ਤੇ ਸਿਰਫ ਜਿਹੜਾ ਰਾਈਟਰ ਜਿਹੜਾ ਉਹ ਜਾਗ ਰਿਹਾ ਸੀ ਅਮ ਕਵੀ ਦੀਆਂ ਦੋਵਾਂ ਅੱਖਾਂ ਚੁੱਪਚਾਪ ਚਰਗਾ ਦੀਆਂ ਤਰ੍ਹਾਂ ਜਗ ਰਹੀਆਂ ਸੰਤਾਂ ਦੇ ਮੈਲਦੇ ਗੁੰਬਦ ਦੇ ਉਬਾਰਾ ਉੱਤੇ ਮਸਤ ਹੋਈਆਂ ਕਵੀ ਦੀਆਂ ਨਜ਼ਰਾਂ ਕੁੰਭ ਰਹੀਆਂ ਸੰਤ ਤੇ ਉਹ ਸਹਿਜ ਸਵਾਦ ਦੀ ਪਿਆਸ ਮਿਟਾਰੇ ਸੀ ਯਾਨੀ ਤਾਜ ਮਹਿਲ ਇਹਨਾਂ ਸੋਨਾ ਸੀ ਕਿ ਰਾਈਟਰ ਉਸ ਨੂੰ ਬਸ ਦੇਖੀ ਜਾ ਰਿਹਾ ਹੈ ਦੇਖੀ ਜਾ ਰਿਹਾ ਹੈ ਠੀਕ ਹੈ ਫਿਫਥ ਪੈਰਾਗ੍ਰਾਫ ਤਕ ਤਕ ਕਸਬ ਹੁਨਰ ਮੁਗਲਾ ਦਾ ਹੈਰਤ ਬਤਦੀ ਜਾਵੇ ਸ਼ਹਾਜਾਨ ਦੇ ਸਹਿਤ ਸਵਾਦ ਨੂੰ ਲੂਲੂ ਪਿਆਰ ਸਲਾਵੇ ਐਨੇ ਨੇ ਗੁੰਬਦ ਦਾ ਆਡਾ ਟੋਟੇ ਟੋਟੇ ਹੋਇਆ ਠੀਕ ਕੁਕਾਰ ਦੇ ਫਿੜਨੀਆਂ ਜਾਂ ਅੰਬਰਾਂ ਨੂੰ ਛੋਇਆ ਹੁਣ ਸਟੋਰੀ ਵਿੱਚ ਹੁਣ ਪੋਇਮ ਵਿੱਚ ਕਲਾਈਮੈਕਸ ਆ ਰਿਹਾ ਹੈ ਹੁਣੇ ਤੱਕ ਅਸੀਂ ਸਾਰੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰੀ ਕਿ ਹੁਣ ਜਿਹੜੀ ਹੈ ਮੁੱਦੇ ਦੀ ਗੱਲ ਸ਼ੁਰੂ ਹੁੰਦੀ ਹੈ ਜਿਸ ਦੀ ਮੈਂ ਸ਼ੁਰੂਆਤ ਵਿੱਚ ਗੱਲ ਕੀਤੀ ਸੀ ਕਿ ਰਾਈਟਰ ਜਿਹੜਾ ਹੈ ਉਹ ਕਹਿੰਦਾ ਹੈ ਕਿ ਮਜ਼ਦੂਰਾ ਦੇ ਹੱਕਾ ਪ੍ਰਤੀ ਸੇ ਉਹ ਇਸ ਪੈਰਾਗ੍ਰਾਫ ਵਿੱਚ ਹੁੰਦਾ ਕੀ ਹੈ ਕਿ ਰਾਈਟਰ ਕਹਿੰਦਾ ਹੈ ਕਿ ਤਾਜ ਮਹਿਲ ਦੇ ਦੋ ਟੋਟੇ ਹੁੰਦੇ ਨੇ ਅਤੇ ਉਸ ਵਿੱਚ ਚੀਚਿਹਾੜਾ ਪਿਆ ਹੁੰਦਾ ਚੀਚਿਹਾੜਾ ਯਾਨੀ ਆਵਾਜ਼ਾਂ ਆ ਰਹੀਆਂ ਨੇ ਦਰਦ ਦੀ ਅਤੇ ਉਹ ਦਰਦ ਹੈ ਮਜ਼ਦੂਰ ਅਤੇ ਮਜ਼ਦੂਰਨੀਆ ਦਾ ਜਿਨ੍ਹਾਂ ਨੇ ਆਪਣੀ ਜਵਾਨ ਜਾਨ ਜਿਹੜੀ ਹੈ ਤਾਜ ਮਹਿਲ ਨੂੰ ਬਣਾਉਣ ਵਾਸਤੇ ਗਵਾ ਦਿੱਤੀ ਅਤੇ ਉਹਨਾਂ ਬਾਰੇ ਕੋਈ ਗੱਲ ਵੀ ਨਹੀਂ ਕਰਦਾ ਸਾਫ਼ ਜਿਹੜੀ ਗੱਲ ਹੈਗੀ ਹੈ ਠੀਕ ਹੈ ਅਤੇ ਜਿਵੇਂ ਅਸੀਂ ਅੱਜ ਦੀ ਡੇਟ ਵਿੱਚ ਲੋਕਤੰਤਰ ਵਿੱਚ ਰਹਿ ਰਹੇ ਹਾਂ ਪਹਿਲੇ ਦੇ ਟਾਈਮ ਤੇ ਰਾਜੇ ਮਹਾਰਾਜਿਆਂ ਦਾ ਟਾਈਮ ਸੀ ਜਿੱਕੇ ਉਹਨਾਂ ਨੇ ਕੁਝ ਆਰਡਰ ਦੇ ਦਿੱਤਾ ਤੇ ਉਹ ਤੁਹਾਨੂੰ ਅਸੈਪਟ ਕਰਨਾ ਪਏਗਾ ਬਿਸ਼ੱਕ ਤੁਹਾਡੀ ਉਸ ਤੇ ਜਾਨ ਕਿਉਂ ਨਾ ਜਾਏ ਤੇ ਇਹ ਗੱਲ ਆ ਜਾਂਦੀ ਹੈ 6th ਪੈਰਾਗ੍ਰਾਫ ਹੈ ਦਾ ਪੜ੍ਹਦੇ ਆ ਹੜ ਮਜ਼ੂਰਾ ਦਾ ਵਰਿਆ ਵਿੱਚ ਮਜ਼ੂਰ ਹਜ਼ਾਰਾਂ ਚੱਕੰਯਾ ਦਰਮਟ ਤੇ ਸੇ ਬੂਜ ਵਿੱਚ ਵਗਾਰਾ ਦੁਨੀਆਂ ਨਾਲੋਂ ਪਲਮ ਦੇ ਬੱਚੇ ਕੰਮੀ ਰੁੱਥੀਆਂ ਮਾਵਾਂ ਅੱਖਾਂ ਦੇ ਵਿੱਚ ਛਲਕਣ ਅਥਰੂ ਹਿੱਕਾਂ ਦੇ ਵਿੱਚ ਆਹਾਂ ਯਾਨੀ ਕਿ ਐਸਜੀ ਐਕਸਪਲੇਨੇਸ਼ਨ ਪੜ੍ਹਦੇ ਹਾਂ ਇਹ ਕਾਫ ਟੋਟਾ ਸਾਡੀ ਸੌਰੀ ਇਸ ਕਾਫ ਟੁਕੜੀ ਵਿੱਚ ਤਾਜ ਮਹਿਲ ਦੀ ਉਸਾਰੀ ਕਰਨ ਵਾਲੇ ਮਜ਼ਦੂਰ ਅਤੇ ਮਜ਼ਦੂਰਨੀਆਂ ਦੇ ਦਰਦਨਾਕ ਹਾਲਤ ਦਾ ਜ਼ਿਕਰ ਕਰਦੇ ਹਨ ਉਹਨਾਂ ਦੇ ਕਹਿਣ ਦਰਮਟ ਅਤੇ ਤੇ ਸੇ ਚੁੱਕੇ ਹੋਏ ਹਨ ਅਤੇ ਵਗਾਰਾ ਪੂਰੀਆਂ ਕਰ ਰਹੇ ਸਨ ਕਵੀ ਦੇਖ ਰਿਆ ਸੀ ਕਿ ਮਾਵਾ ਮਜ਼ਦੂਰੀ ਦੇ ਕੰਮ ਵਿੱਚ ਰੁਝੀਆਂ ਹੋਈਆਂ ਸਨ ਪਰ ਨਾਲ ਹੀ ਉਹਨਾਂ ਦੀਆਂ ਛਾਤੀਆਂ ਨਾਲ ਬੱਚੇ ਚਿੰਬੜੇ ਹੋਏ ਸਨ ਉਨਾਂ ਦੀਆਂ ਅੱਖਾਂ ਵਿੱਚ ਹੰਝੂ ਚਲਕ ਰਹੇ ਸਨ ਅਤੇ ਹਿੱਕਾਂ ਵਿੱਚ ਹੋ ਕੇ ਨਿਕਲ ਰਹੇ ਸਨ ਤੁਸੀਂ ਕੰਸਟਰਕਸ਼ਨ ਸਾਈਟ ਤੇ ਵੀ ਦੇਖਿਆ ਆਏਗਾ ਜਿਵੇਂ ਹਸਬੰਡਸ ਜਿਹੜੇ ਨੇ ਉਹ ਕੰਸਟਰਕਸ਼ਨ ਦਾ ਵਰਕ ਕਰਦੇ ਨੇ ਤੇ ਉਹਨਾਂ ਦੀ ਵਾਈਫ ਵੀ ਥੋੜਾ-ਬਹੁਤ ਕੰਮ ਕਰਦੀਆਂ ਨੇ ਅਤੇ ਥੋੜਾ-ਬਹੁਤ ਕੰਮ ਵੀ ਕਰਦੀਆਂ ਨੇ ਤੇ ਬੱਚਿਆਂ ਨੂੰ ਵੀ ਸਾਮਦੀਆਂ ਨੇ ਇਹੋ ਜਿਹੀ ਕੁਝ ਮਾਹੌਲ ਸੀ ਜਦ ਤਾਜ ਮਹਿਲ ਬਣ ਰਿਹਾ ਸੀ ਪਰ ਤੁਸੀਂ ਇਹ ਦੇਖੋ ਜਿੰਨਾ ਮਜ਼ਦੂਰਾ ਦੇ ਹੱਥ ਕੱਟ ਦਿੱਤੇ ਗਏ ਉਹਨਾਂ ਦਾ ਵੀ ਪਰਿਵਾਰ ਹੈ ਉਹਨਾਂ ਦੀ ਵੀ ਗ੍ਰਸਤੀ ਹੈ ਉਹਨਾਂ ਦੇ ਵੀ ਬੱਚੇ ਐ ਉਹਨਾਂ ਦੀ ਵੀ ਵਾਈਫ ਐ ਤੇ ਕਿੰਨਾ ਜ਼ਿਆਦਾ ਉਹਨਾਂ ਨਾਲ ਖਿਲਵਾੜ ਹੋਇਆ ਜੋ ਤਾਜ ਮਹਿਲ ਦੀ ਸੁੰਦਰਤਾ ਬਾਰੇ ਲਿਖਦੇ ਨੇ ਰਾਈਟਰ ਉਹਨਾਂ ਨੂੰ ਜਵਾਬ ਦੇ ਰਿਹਾ ਕਿ ਤੁਹਾਨੂੰ ਤਾਜ ਮਹਿਲ ਪਿੱਛੇ ਦਾ ਸਟਰਗਲ ਨਹੀਂ ਦਿਖ ਰਿਹਾ ਕਿ ਲੋਕਾਂ ਨੇ ਆਪਣੀ ਜਾਨ ਜਿਹੜੀ ਐ ਉਹ ਤਾਜ ਮਹਿਲ ਬਣਾਉਣ ਪਿੱਛੇ ਗਵਾਈ ਹੈ ਸੈਵਨਥ ਪੈਰਾਗ੍ਰਾਫ ਬੋਕੀਆਂ ਵਰਗੇ ਪੇਟ ਉਹਨਾਂ ਦੇ ਤਕੀਆਂ ਵਰਗੀਆਂ ਗਾਟਾਂ ਛਾਲੇ ਛਾਲੇ ਹੱਥ ਉਹਨਾਂ ਦੇ ਪੈਰ ਬਈਆਂ ਪਾਟਾਂ ਫਿਰ ਵੀ ਕੰਮ ਕਰਵਾਉਣ ਵੇਲੇ ਮਾਰ-ਮਾਰ ਕੇ ਛਾਟਾ 마ਸੂਮਾਂ ਦੇ ਪਿੰਡਾਂ ਉਤੇ ਚੜੀਆਂ ਜਾਣ ਮਲਾਟਾ ਜਿਵੇਂ ਮਜ਼ਦੂਰਾਂ ਦੇ ਤੁਸੀਂ ਬੱਚੇ ਦੇਖੇ ਹੋਣਗੇ ਸਲੀਪਰਸ ਨਹੀਂ ਹੁੰਦੀਆਂ ਪੈਰ ਵਿੱਚ ਕਮਜ਼ੋਰ ਹੁੰਦੇ ਨੇ ਆਮ ਸਾਧਨ ਮਿੱਟੀ ਤੂੜਾ ਵਿੱਚ ਰਹਿੰਦੇ ਨੇ ਇੱਕ ਤਰੀਕੇ ਦਾ ਉਹਨਾਂ ਦਾ ਸ਼ੋਸ਼ਣ ਹੁੰਦਾ ਬਟ ਉਸ 'ਚ ਉਹਨਾਂ ਦੀ ਗਲਤੀ ਨਹੀਂ ਹੈ ਅਸੀਂ ਲੋਕ ਨੇ ਡਿਸਾਈਡ ਕਰਦੇ ਅਸੀਂ ਕਿਸ ਫੈਮਿਲੀ ਵਿੱਚ ਬੋਨ ਹੋਵਾਂਗੇ ਉਹ ਪਰਮਾਤਮਾ ਡਿਸਾਈਡ ਕਰਦਾ ਹੈ ਤੇ ਕਿੰਨਾ ਜ਼ਿਆਦਾ ਇਨਜਸਟਿਸ ਹੈ ਜਿਵੇਂ ਤੁਸੀਂ ਬਚਪਨ ਚ ਪੱਲੇ ਹੋ ਆ ਜਾਂ ਜਿਵੇਂ ਮਜ਼ਦੂਰਾ ਦੇ ਬੱਚੇ ਪਾਲੇ ਜਾਂਦੇ ਨੇ ਕਿੰਨਾ ਜ਼ਿਆਦਾ ਫਰਕ ਹੈ ਕبھی ਲਿਖਦਾ ਹੈ ਕਿ ਉਸ ਨੇ তাজਮਹਿਲ ਦੇ ਨਿਰਮਾਣ ਕਰਨ ਵੇਲੇ ਗਰੀਬ ਮਜ਼ਦੂਰ ਅਤੇ ਮਜ਼ਦੂਰनियां ਦੀ ਦਰਦਨਾਕ ਚਾਕੀ ਦੇਖੀ ਮਜ਼ਦੂਰ ਅਤੇ ਮਜ਼ਦੂਰनियां ਦੇ ਪੇਟ ਖਾਲੀ ਬੱਕੀਆਂ ਚਮੜੇ ਦਾ ਢੋਲਾ ਵਾਂਗ ਅਤੇ ਉਹਨਾਂ ਦੇ ਘਾਟੇ ਸੁੱਕੀ ਤੁਕੀਆਂ ਵਰਗੇ ਸਨ ਉਹਨਾਂ ਦੇ ਹੱਥ ਵਿੱਚ ਛਾਲੇ ਪਏ ਹੋਏ ਸੰਯਾਨੀ ਕਿ ਆਬਵੀਅਸਲੀ ਕੰਸਟਰਕਸ਼ਨ ਵਰਕ ਤੁਸੀਂ ਕਰ ਰਹੇ ਹੋ ਹੱਥ 'ਚ ਛਾਲੇ ਪਏ ਨੇ ਥੋੜੇ ਟਿਡ ਖਾਲੀ ਨੇ ਹਡੀਆਂ ਨਿਕਲੀਆਂ ਹੋਈਆਂ ਨੇ ਤੁਹਾਡੀ ਕੋਲ ਖਾਣ ਚੋਗੀ ਰੋਟੀ ਨਹੀਂ ਹੈ ਪ੍ਰੋਪਰ ਨਿਊਟ੍ਰੀਸ਼ਨ ਤੁਹਾਨੂੰ ਤੁਹਾਡੀ ਏਜਿਸਾਬ ਨਾਲ ਨਹੀਂ ਮਿਲ ਰਿਹਾ ਅਤੇ ਫਿਰ ਵੀ ਤੁਸੀਂ ਦੇਖੋ ਸਟਰਗਲ ਕਰ ਰਹੇ ਹੋ ਜਿੰਦਾ ਰਹਿਣ ਵਾਸਤੇ ਉਹਨਾਂ ਦੇ ਹੱਥਾਂ ਵਿੱਚ ਛਾਲੇ ਪਏ ਹੋਏ ਹਨ ਪੈਰ ਦੀਆਂ ਬਾਕੀਆਂ ਨਾਲ ਪੱਟੇ ਹੋਏ ਹਨ ਪਰ ਕਰ ਕਾਮ ਕੰਮ ਕਰਾਉਣ ਵੇਲੇ ਉਹਨਾਂ ਉੱਤੇ ਰੱਤੀ ਜਿੰਨਾ ਵੀ ਤਰਸ ਨਹੀਂ ਕੀਤਾ ਜਾਂਦਾ ਤੇ ਜਿੰਨੇ ਵੀ ਮਜ਼ਦੂਰ ਨੇ ਉਸਦੇ ਉਹਨਾਂ ਤੇ ਤਰਸੇ ਕੀਤਾ ਜਾਂਦਾ ਉਲਟਾ ਟੌਰਚਰ ਕੀਤਾ ਜਾਂਦਾ ਹੈ ਉਲਟਾ ਬਦਸਲੂਕੀ ਨਾਲ ਗੱਲ ਕੀਤੀ ਜਾਂਦੀ ਹੈ ਆ ਠੀਕ ਹੈ ਦੁੱਖ ਰਤਾਵੇ ਪਰਵਾਹੀ ਬਿਨਾਂ ਉਹਨਾਂ ਪਾਸੋਂ ਜ਼ਬਰੀ ਕੰਮ ਕਰਵਾਇਆ ਜਾਂਦਾ ਹੈ ਠੀਕ ਹੈ ਜ਼ਬਰਦਸਤੀ ਉਹਨਾਂ ਕੋਲੋਂ ਕੰਮ ਕਰਾਇਆ ਜਾਂਦਾ ਹੈ 8 ਪੈਰਾਗ੍ਰਾਫ ਇੰਦ ਇੱਦਾਂ ਮਜ਼ਦੂਰਾਂ ਦੀ ਚਾਕੀ ਜਦ ਮੈਨੂੰ ਇਸ ਆਈ ਨਾਲ ਪੀੜ ਦੇ ਕਲਵਲ ਹੋ ਕੇ ਰੂਹ ਮੇਰੀ কুরਲਾਈ ਯਾਨੀ ਰਾਈਟਰ ਦੀ ਵੀ ਜਿਹੜੀ ਹੈ ਨਾ ਰੂਹ কুরਲ ਆ ਜਾਂਦੀ ਹੈ ਤਾਜ ਮਹਿਲ ਦਾ ਐ ਸਾਈਡ ਦੇਖ ਕੇ ਕੀ ਉਹ ਹੁਸਨ ਹੁਸਨ ਹੈ ਸੱਚ ਮੁੱਚ ਜਾਂ ਉਹ ਇੰਝ ਚੱਲਦਾ ਲੱਖਾਂ ਗਰੀਬਾ ਮਜ਼ਦੂਰਾਂ ਦੇ ਹੰਝੂਆਂ ਤੇ ਜੋ ਪਲਦਾ ਇਹ ਜਿਹੜੀ ਲਾਸਟ ਉਹ ਲਾਈਨਸ ਨੇ ਇਹ ਪੋਇਮ ਦਾ ਸਾਰ ਹੈ ਅਤੇ ਇਹ ਬਹੁਤ ਜ਼ਿਆਦਾ ਪਾਵਰਫੁਲ ਨੇ ਕੀ ਹੋ ਹੁਸਨ ਹੁਸਨ ਹੈ ਸਚਮੁਚ ਯਾ ਉਨ ਹੀ ਚਲਦਾ ਲੱਖਾਂ ਗਰੀਬਾਂ ਮਜ਼ਦੂਰਾ ਦੇ ਹੰਝੂਆਂ ਤੇ ਜੋ ਪਲਦਾ ਕੀ ਹੋ তাজਮਹਿਲ ਸਚੁ ਜਿੰਨਾ ਸੋਨਾ ਹੈ ਜੋ ਗਰੀਬ ਮਜ਼ਦੂਰਾ ਦੇ ਹੰਝੂਆਂ ਉੱਤੇ ਜਿਹੜਾ ਨਾ ਬਣਿਆ ਲਾਸ ਪੈਰਾਗ੍ਰਾਫ ਦੀ ਵਿਆਖਿਆ ਕਵੀ ਇਹਨਾਂ ਸਤਰਾਂ ਵਿੱਚ ਲਿਖਦਾ ਹੈ ਕਿ ਜਦੋਂ ਉਸਨੇ তাজਮਹਿਲ ਦਾ ਨਿਰਮਾਣ ਕਰਨ ਵੇਲੇ ਮਜ਼ਦੂਰ ਅਤੇ ਮਜ਼ਦੂਰਨੀਆਂ ਉਤੇ ਹੁੰਦੇ ਜ਼ਲਮ ਜ਼ੁਲਮ ਦਾ ਦ੍ਰਿਸ਼ ਦੇਖਿਆ ਤਾਂ ਦਰਦ ਨਾਲ ਤੜਫ ਕੇ ਉਸ ਦੀ ਆਤਮਾ ਕੋਰਲਾ ਕੇ ਪੁਕਾਰ ਉਠੀ ਕਿ ਉਹ ਹੁਸਨ ਖੂਬਸੂਰਤੀ ਸਹੀ ਅਰਥਾ ਵਿੱਚ ਹੁਸਨ ਹੈ ਜੋ ਤੋਖਾ ਹੈ ਜਿਹੜਾ ਹੁਸਨ ਲੱਖਾਂ ਮਾਸੂਮ ਮਜ਼ਦੂਰਾਂ ਦੇ ਹੋਕੇ ਹੰਝੂਆਂ ਤੇ ਪੈਦਾ ਹੁੰਦਾ ਹੈ ਤੇ ਪੋਇਮ ਜਿਹੜੀ ਹੈ ਇੱਥੇ ਖਤਮ ਹੋ ਜਾਂਦੀ ਹੈ ਇੱਕ ਕੁਐਸਚਨ ਮਾਰਕ ਨਾਲ ਕਿ ਸੱਚ ਵਿੱਚ ਕੀ ਤਾਜ ਮਹਿਲ ਖੂਬਸੂਰਤ ਹੈ ਕਿਉਂਕਿ ਉਹ ਮਜ਼ਦੂਰਾਂ ਦੇ ਕੰਜੂਆ ਉੱਤੇ ਬਣਿਆ ਤੇ ਇਹੀ ਸਵਾਲ ਰਾਈਟਰ ਤੁਹਾਡੇ ਕੋਲੋਂ ਪੁੱਛਦਾ ਹੈ ਕਿ ਤੁਸੀਂ ਕੀ ਹੁਣ ਤਾਜਮਹਿਲ ਨੂੰ ਸੁੰਦਰ ਕਨਸੀਡਰ ਕਰੋਗੇ ਸੋਹਣਾ ਕਨਸੀਡਰ ਕਰੋਗੇ ਜਾਂ ਨਹੀਂ ਕਨਸੀਡਰ ਕਰੋਗੇ ਮੈਨੂੰ ਕਮੈਂਟ ਸੈਕਸ਼ਨ ਵਿੱਚ ਆਪਣੇ ਥੌਟ ਜ਼ਰੂਰ ਦੱਸਣਾ ਤੇ ਮਿਲਦੇ ਹਾਂ ਨੈਕਸਟ ਵੀਡੀਓ ਨਾਲ ਤਦ ਤੱਕ ਲਈ ਧੰਨਵਾਦ